ਅੱਛਾ ਜੀ ਸਾਰੇ ਮੇਰੇ ਭੈਣ ਭਾਈਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਨਮ ਦਿਤੀਆਂ ਜਿਹਨੀਆਂ ਉਹ ਲੱਖ ਲੱਖ ਮੁਬਾਰਕਾ ਹੋਣ ਸੋ ਵੀਰੋ ਅਕਸਰ ਇੱਕ ਗੱਲ ਦਾ ਖਿਆਲ ਰੱਖਿਆ ਕਰੋ ਜਦੋਂ ਵੀ ਕੋਈ ਐਦਾ ਦਾ ਮਹਾਨ ਦਿਨ ਹੁੰਦਾ ਆ ਉਦਣ ਜਿਹੜੇ ਉਹ ਗੁਰੂ ਮਹਾਰਾਜ ਜੀ ਹੁੰਦੇ ਆ ਉਹਨਾਂ ਦੀ ਜੀਵਨੀ ਉਹਨਾਂ ਦੇ ਬਾਰੇ ਜਿਹੜਾ ਆ ਉਹ ਜ਼ਰੂਰ ਪੜਿਆ ਕਰੋ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਤੇ ਥੋੜਾ ਬਹੁਤਾ ਜਿਹੜਾ ਚੱਲਣ ਦੀ ਕੋਸ਼ਿਸ਼ ਕਰਿਆ ਕਰੋ ਤੇ ਬੱਚਿਆਂ ਨੂੰ ਜਿਹੜਾ ਇਤਿਹਾਸ ਜ਼ਰੂਰ ਦੱਸਿਆ ਕਰੋ ਕਿਉਂਕਿ ਇਤਿਹਾਸ ਜੇਕਰ ਬੱਚਿਆਂ ਨੂੰ ਦੱਸਾਂਗੇ ਤੇ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਸਾਡੇ ਗੁਰੂ ਪੀਰ ਪੈਗੰਬਰ ਜਿਹੜੇ ਉਹ ਕੌਣ ਹੋਏ ਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ 14ਵੀਂ ਸ਼ਤਾਬਦੀ ਵਿੱਚ ਮਾਗੀ ਦੀ ਬਿਕਰਮੀ ਸੰਮਤ 1433 ਈਸਵੀ ਹੈ ਜਦ ਕੇ ਦਿਨ ਐਤਵਾਰ ਆਉਂਦਾ ਪਰ ਗੁਰੂ ਜੀ ਦੇ ਜਨਮ ਬਾਰੇ ਇਤਿਹਾਸਕਾਰ ਜਿਹੜੀ ਉਹ ਇੱਕ ਉਹਨਾਂ ਦੀ ਮਤ ਨਹੀਂ ਬਹੁਤ ਸਾਰੇ ਇਤਿਹਾਸਕਾਰ ਅਲੱਗ-ਅਲੱਗ ਤਰੀਕਾਂ ਵਿੱਚ ਲਿਖਦੇ ਆ ਕਿ ਜਿਹੜੀ ਰੀਤੀ ਦੇ ਅਨੁਸਾਰ 1433 ਈਸਵੀ ਨੂੰ ਕਾਸ਼ੀ ਬਨਾਰਸ ਦੇ ਨੇੜੇ ਸੀਰ ਗਵਰਧਨਪੁਰ ਵਿਖੇ ਮਾਤਾ ਕਲਸ਼ਾ ਦੇਵੀ ਜੀ ਦੇ ਕੋਖੋ ਪਿਤਾ ਸੰਤੋਖ ਦਾਸ ਜੀ ਦੇ ਘਰ ਵਿਖੇ ਜਿਹੜਾ ਉਹ ਹੋਇਆ ਸੋ ਤੁਸੀਂ ਜ਼ਰੂਰ ਇਤਿਹਾਸ ਤਾਂ ਪੜਿਓ ਇਹਨਾਂ ਦੇ ਬਾਰੇ ਕਿਉਂਕਿ ਮੈਂ ਤਾਂ ਕੋਸ਼ਿਸ਼ ਕਰਦਾ ਹੁੰਨਾ ਹਮੇਸ਼ਾ ਜਿਹੜਾ ਉਹ ਇਤਿਹਾਸ ਪੜਾਂ ਤੇ ਬਹੁਤ ਜਿਹੜਾ ਤੁਹਾਨੂੰ ਪਤਾ ਸਮਾਜ ਦੇ ਵਿੱਚ ਜਿਹੜੀ ਉਹ ਇੱਕ ਬਰਾਬਰਤਾ ਲਿਆਉਣ ਦਾ ਸੰਦੇਸ਼ ਇਹਨਾਂ ਨੇ ਦਿੱਤਾ ਆ ਔਰ ਹਮੇਸ਼ਾ ਹਮੇਸ਼ਾ ਜਿਹੜਾ ਭਗਤੀ ਦੇ ਵਿੱਚ ਲੀਨ ਜਿਹੜੇ ਹੋ ਰਹੇ ਦੇ ਸੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜਿਹੜਾ ਕਿ ਤੁਹਾਨੂੰ ਪਤਾ ਇੱਕ ਵਾਰੀ ਬੰਦਾ ਪੜ ਲਵੇ ਤੇ ਮੈਨੂੰ ਤਾਂ ਐਦਾਂ ਲੱਗਦਾ ਆ ਕਿ ਉਹ ਸਿੱਧਾ ਜੜਾ ਉਹ ਰੱਬ ਦੇ ਨਾਲ ਜੁੜ ਜਾਂਦਾ ਆ ਸੋ ਕੋਸ਼ਿਸ਼ ਕਰਿਆ ਕਰੋ ਫਿਰ ਮੇਰੀ ਇਹੀ ਬੇਨਤੀ ਆ ਕਿ ਸੱਚੀ ਜਿਹੜੀ ਤੁਹਾਡੀ ਸ਼ਰਧਾ ਸੱਚਾ ਪਿਆਰ ਜਿਹੜਾ ਉਹ ਇਹੀ ਹੁੰਦਾ ਜਦੋਂ ਤੁਸੀਂ ਗੁਰੂ ਦੇ ਜੀਵਨ ਦੇ ਬਾਰੇ ਪੜ੍ਹਦੇ ਆ ਗੁਰੂ ਦੇ ਦਿੱਤੇ ਹੋਏ ਨਕਸ਼ੇ ਕਦਮ ਤੇ ਚੱਲਦੇ ਆ ਤੇ ਬਾਕੀ ਸਾਰਿਆਂ ਨੂੰ ਹੈਪੀ ਰਵਿਦਾਸ ਜੈੰਤੀ ਖੁਸ਼ ਰਹੋ ਜ਼ਿੰਦਾਬਾਦ